दिल्ली तो हैरोइन लिया के पंजाब दे विच सप्लाई करना, खास करके दुआबा इलाके दे विच सप्लाई करन वाली एक नाइजीरियन लड़की नूं खन्ना पुलिस ने काबू किया है। औरत असम दे रहण वाली दसी जा रही है, जिसके कोलो 1 किलो 260 ग्राम हैरोइन बरामद हुई है। हैरोइन की कीमत अंतरराष्ट्रीय मार्केट दे विच 7 करोड़ दसी जा रही है। दसनयोग है कि यह औरत जलंधर या उसके आस पास इलाके दे विच हैरोइन देने लई आई सी। दसनयोग है कि गोबिंदगढ़ साइड तों आंदी एक स्विफ्ट कार नूं जद रोकिया गया तां उसकी तलाशी दौरान कार च बैठी एक औरत दे कोलो 1 किलो 260 ग्राम हैरोइन बरामद हुई है। ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹੜੀ ਆਪਣੀ ਹੁਣ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ, ਜਿਹੜਾ ਕਿ ਅਸੀਂ ਇੱਕ ਸਵੇਰੇ ਅੱਜ ਜੀ ਟੀ ਰੋਡ ਦੇ ਉੱਤੇ ਜਿਹੜੀ ਸਾਡੀ ਐਂਟੀ ਨਾਰਕੋਟਿਕ ਦੀ ਟੀਮ ਹੈਗੀ ਉਹਨੇ ਨਾਕਾ ਲਾਇਆ ਸੀਗਾ। ਇਹ ਨਾਕੇ ਦੌਰਾਨ ਹੀ ਉਹਨਾਂ ਨੂੰ ਇੱਕ ਜਿਹੜੀ ਗੱਡੀ ਸੀ ਉੱਥੋਂ ਦਿੱਲੀ ਸਾਈਡ ਆ ਰਹੀ ਸੀਗੀ ਅਤੇ ਉਹਨਾਂ ਨੇ ਰੋਕ ਕੇ ਉਹਦੀ ਪੁੱਛਗਿੱਛ ਕੀਤੀ ਅਤੇ ਪੁੱਛਗਿੱਛ 'ਚ ਥੋੜ੍ਹੀ ਜਿਹੀ ਉਹਦੇ 'ਚ ਟੈਕਸੀ ਸੀਗੀ, ਟੈਕਸੀ ਦੇ ਵਿੱਚ ਇੱਕ ਲੇਡੀ ਬੈਠੀ ਹੋਈ ਸੀਗੀ ਅਤੇ ਉਹ ਲੇਡੀ ਦੀ ਜਿਹੜੀ ਜੋ ਸਰਚ ਕੀਤੀ ਗਈ, ਜਿਹੜਾ ਡੀ ਐੱਸ ਪੀ ਸਾਹਿਬ ਨੂੰ ਉੱਥੇ ਬੁਲਾਇਆ ਗਿਆ, ਉਹਦੇ 'ਚੋਂ ਤਕਰੀਬਨ 1 ਕਿਲੋ 200 ਗ੍ਰਾਮ ਜਿਹੜੀ ਹਿਰਨ ਬਰਾਮਦ ਹੋਈ ਹੈ, 260 ਗ੍ਰਾਮ ਜਿਹੜੀ ਹਿਰਨ ਬਰਾਮਦ ਹੋਈ ਹੈ। ਅਤੇ ਆ ਜਿਹੜੀ ਕੁੜੀ ਹੈਗੀ ਆ, ਆ ਬੇਸਿਕਲੀ ਹੈਗੀ ਆ ਅਸਾਮ ਦੀ ਹੈ ਅਤੇ ਫਿਲਹਾਲ ਆਹ ਡੈਲੀ 'ਚ ਰਹਿ ਰਹੀ ਸੀ ਅਤੇ ਇਹਨੇ ਡਿਲੀਵਰੀ ਅੱਗੇ ਦੁਆਬੀ ਏਰੀਆ 'ਚ ਕਰਨੀ ਸੀਗੀ ਅਤੇ ਐਜ਼ ਏ ਕੋਰੀਅਰ ਆਹ ਜਿਹੜੀ ਕੰਮ ਕਰ ਰਹੀ ਹੈ। ਜਿਹੜੀ ਹੁਣ ਦੀ ਪੁੱਛਗਿੱਛ ਆਈ ਹੈਗੀ ਆ ਉਹਦੇ ਵਿੱਚ ਤਾਂ ਆਹੀ ਹੈ ਕਿ ਪਹਿਲਾਂ ਵੀ 2 ਵਾਰੀ ਬਲੱਡ ਡਿਲੀਵਰੀ ਆਹ ਕਰ ਚੁੱਕੀ ਹੈ ਦੁਆਬੀ ਏਰੀਆ ਵਿੱਚ, ਆਹ ਥਰਡ ਟਾਈਮ ਸੀ। ਕੁੜੀ ਦੀ ਏਜ ਹੈਗੀ 24 ਈਅਰਸ, 24 ਸਾਲ ਦੀ ਕੁੜੀ ਹੈਗੀ। ਦੱਸਿਆ ਵੀ ਕੀ ਕਾਰਨ ਹੈ ਜਿਹੜਾ ਵੀ ਉਹ ਕੋਰੀਅਰ ਦਾ ਕੰਮ ਕਰ ਰਹੀ ਹੈ? ਕਾਰਨ ਤਾਂ ਫਿਲਹਾਲ ਤਾਂ ਆਹੀ ਦੱਸ ਦਈਏ ਕਿ ਪੈਸੇ ਦੀ ਮਜਬੂਰੀ ਕਰਕੇ ਆਹ ਜਿਹੜਾ ਉਹਨੇ ਕੰਮ ਸ਼ੁਰੂ ਕੀਤਾ ਸੀਗਾ। ਉਹਦੀ ਵੀ ਅੱਗੇ ਫਰੈਂਡ ਸੀ, ਉਹਨੇ ਅੱਗੇ ਨੂੰ ਕਿਸੇ ਨਾਲ ਇੰਟਰੋਡਿਊਸ ਕਰਾਇਆ ਅਤੇ ਚੱਕਰ ਮਾਰਦੇ 80,000 ਰੁਪਏ ਮਿਲਦਾ ਸੀਗਾ। ਪਰਸ ਸਿਲਿਆ ਹੋਇਆ ਸੀ, ਕੰਸੀਲ ਕੀਤੀ ਸੀ ਉਹਦੇ ਵਿੱਚ। ਜਦੋਂ ਆਈ ਆ ਡਿਟ ਸਾਹਿਬ ਦੀ ਹਾਜ਼ਰੀ 'ਚ ਫਿਰ ਉਹਨੇ ਉਹਦੀ ਸਰਚ ਕੀਤੀ ਹੈਗੀ ਹੈ। ਸਰਚ ਦੇ ਦੌਰਾਨ ਹੀ ਜਿਹੜਾ ਉਹਦਾ ਪਰਸ ਸੀਗਾ ਉਹਦੇ 'ਚੋਂ ਸ਼ੱਕ ਕੀਤਾ, ਉਹਦਾ ਪਰਸ ਉਹਦੀ ਚੈੱਕ ਕਰਨ ਦੇ ਦੌਰਾਨ ਉਹ ਦੇਖਿਆ ਕਿ ਉਹਦੇ ਕੰਸੀਲ ਕੀਤਾ ਹੋਇਆ ਸੀਗਾ ਜਿਹੜੀ ਹਾਰਡ ਡਰੱਗਸ ਆਈ ਸੀ ਵਿੱਚ। ਪਹਿਲਾਂ ਜਿਹੜੇ ਕੋਈ ਤਸਕਰ ਪਕੜੇ ਗਏ ਨੇ ਉਹਨਾਂ ਨੂੰ ਕੋਈ ਕਨੈਕਸ਼ਨ ਹੈ? ਨਹੀਂ, ਫਿਲਹਾਲ ਤਾਂ ਜਿਹੜੀ ਹੈਗੀ ਹੁਣ ਅੱਜ ਹੀ ਸਵੇਰੇ ਹੀ ਫੜੀ ਹੈਗੀ ਹੈ, ਇਹਦੀ ਪੁੱਛਗਿੱਛ ਚੱਲ ਰਹੀ ਹੈਗੀ, ਇਹਦਾ ਰਿਮਾਂਡ ਲਵਾਂਗੇ ਤਾਂ ਹੀ ਨੈਕਸਟ ਇਹਦੀ ਜਿਹੜੀ ਹੈਗੀ ਹੈ ਪਤਾ ਚੱਲੂਗਾ ਕਿ ਇਹਦਾ ਕਿਸੇ ਨਾਲ ਕਿਵੇਂ ਲਿਖਿਆ ਗਿਆ। ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।